ਭਿਆਨਕ ਸੜਕੀ ਹਾਦਸੇ ਦੇ ਵਿੱਚ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਦੱਸਦੇ ਕਿ ਪ੍ਰਾਈਵੇਟ ਬੱਸ ਦੇ ਡਰਾਈਵਰ ਨੇ ਟਾਇਰ ਦੇ ਹੇਠਾਂ ਇਸ ਨੌਜਵਾਨ ਨੂੰ ਕੁਚਲ ਦਿੱਤਾ। ਮੌਕੇ 'ਤੇ ਹੀ ਇਸਦੀ ਜਾਨ ਨਿਕਲ ਗਈ। ਸਵੇਰ ਵੇਲੇ ਬਾਈਕ 'ਤੇ ਸਵਾਰ ਹੋ ਕੇ ਇਹ ਨੌਜਵਾਨ ਆਪਣੇ ਕੰਮ 'ਤੇ ਜਾ ਰਿਹਾ ਸੀ ਤਾਂ BRS ਨਗਰ ਪੁਲ 'ਤੇ ਇਹ ਭਿਆਨਕ ਹਾਦਸਾ ਹੋਇਆ। ਲੁਧਿਆਣਾ ਦੇ ਦੱਖਣੀ ਬਾਈਪਾਸ ਸਰਾਭਾ ਨਗਰ ਦੇ ਪੁਲ 'ਤੇ ਇਹ ਹਾਦਸਾ ਹੋਇਆ, ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ, ਜਿੱਥੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਜਾ ਰਹੇ ਸੀ ਤਾਂ ਇੱਕ ਪ੍ਰਾਈਵੇਟ ਬੱਸ ਦੇ ਵੱਲੋਂ ਟੱਕਰ ਮਾਰੀ ਗਈ ਤਾਂ ਮੌਕੇ 'ਤੇ ਹੀ ਇਸ ਨੌਜਵਾਨ ਦੀ ਜਾਨ ਨਿਕਲ ਗਈ। ਮੌਕੇ 'ਤੇ ਪੁਲਿਸ ਅਧਿਕਾਰੀ ਪਹੁੰਚੇ ਨੇ, ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਦੀ ਹਰ ਪੱਖੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਲੁਧਿਆਣਾ ਦੇ ਦੱਖਣੀ ਬਾਈਪਾਸ ਸਰਾਭਾ ਨਗਰ ਦੇ ਪੁਲ ਦੀ ਇਹ ਤਸਵੀਰ ਹੈ, ਜਿੱਥੇ ਨੌਜਵਾਨ ਦੀ ਦਰਦਨਾਕ ਮੌਤ ਹੋਈ। ਪ੍ਰਾਈਵੇਟ ਬੱਸ ਦੇ ਟਾਇਰਾਂ ਦੇ ਹੇਠ ਇਹ ਨੌਜਵਾਨ ਕੁਚਲਿਆ ਗਿਆ, ਜਦਕਿ ਦੂਜਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਕਰਮਜੀਤ ਸਿੰਘ, ਇਹ ਜੀ ਸਾਡੇ ਕਜ਼ਨ ਨੇ, ਇਹਦਾ ਨਾਮ ਦਲੀਪ ਕੁਮਾਰ ਆ, ਕਿੱਥੋਂ ਜਾ ਰਹੇ ਸੀ? ਬਾੜੇਆਲ ਦਾ ਵਾ, ਇਹ POP ਦਾ ਕੰਮ ਕਰਦਾ ਵਾ, ਇਹ ਮਲੇਰਕੋਟਲੇ ਚੱਲੇ ਸੀਗੇ ਤੇ ਬੱਸ ਵਾਲਾ ਕੁਚਲ ਕੇ, ਬੱਸ ਵਾਲਾ ਡਰਾਈਵਰ ਵੀ ਭੱਜ ਗਿਆ ਵਾ, ਉਹ ਵੀ ਨਹੀਂ ਰੁਕਿਆ ਤੇ ਹੁਣ ਤੁਹਾਡੇ ਸਾਹਮਣੇ ਪਿਆ ਸਾਰਾ ਕੁਝ। ਅੱਧਾ ਘੰਟਾ, ਪੌਣਾ ਘੰਟਾ, ਘੰਟਾ, ਡੇਢ ਘੰਟਾ, ਘੰਟਾ, ਡੇਢ ਘੰਟਾ ਹੋ ਗਿਆ। ਘਰ ਵਾਲਿਆਂ ਨੂੰ ਦੱਸ ਦਿੱਤਾ ਗਿਆ ਵਾ, ਘਰ ਵਾਲੇ, ਉਹਨਾਂ ਦੇ ਕਜ਼ਨ ਵੀ ਆ ਚੁੱਕੇ ਆ, ਅਰਵਿੰਦ ਨਾਂ ਦਾ, ਉਹਦੇ ਤੋਂ ਸੱਟ ਸੁੱਟ ਲੈ ਕੇ ਪੈਰ ਹੱਥ ਤੈਨੂੰ ਟੁੱਟੇ, ਉਹਦੇ ਹਸਪੀਟਲ ਲੈ ਗਏ। ਇਹ ਵਿਚਾਰਾ ਘੰਟਾ ਡੇਢ ਹੋ ਗਿਆ, ਅਸੀਂ ਐਂਬੂਲੈਂਸ ਨੂੰ ਫੋਨ ਕਰੀ ਜਾਂਦੇ ਹਾਂ, ਕੋਈ ਨਹੀਂ ਆ ਰਿਹਾ ਇੱਥੇ। ਕੀ ਜਵਾਬ ਦਿੱਤਾ ਜਾ ਰਿਹਾ? ਬਸ ਸਾਡੇ ਕੋਲ ਅਜੇ ਟਾਈਮ ਨਹੀਂ ਹੈ ਜੀ, ਇਹ ਨਹੀਂ ਹੈ, ਕੋਈ ਸਪੋਰਟ ਨਹੀਂ ਕਰ ਰਿਹਾ, ਕੁਛ ਨਹੀਂ ਕਰ ਰਿਹਾ। ਬਸ ਵਾਲੇ ਵੀ ਭੱਜ ਗਏ, ਬਸ ਉੱਥੇ ਖੜਾ ਵਾ, ਉਹਦੀ ਚਾਬੀ ਅਸੀਂ ਕੱਢੀ ਹੋਈ ਹੈ, ਚਾਬੀ ਸਾਡੇ ਕੋਲ ਆ, ਨਾ ਤਾਂ ਕੋਈ ਸਰਾਭਾ ਨਗਰ ਥਾਣੇ ਵਾਲੇ ਹਜੇ ਤੱਕ ਨਹੀਂ ਪਹੁੰਚੇ, ਅਸੀਂ ਮੇਰੇ ਬ੍ਰਦਰ ਤੇ ਸਾਰੇ ਗਏ ਹੋਏ ਆ ਉੱਥੇ। ਗਲਤੀ ਕਿਹਦੀ ਲੱਗ ਰਹੀ ਤੁਹਾਨੂੰ? ਬੱਸ ਵਾਲੇ ਦੀ। ਦੇਖੋ ਜੀ, ਆਪਣੇ ਆਪਣੇ ਸਾਈਡ ਆ ਰਿਹਾ ਸੀ, ਉਹਨੇ ਓਵਰਟੇਕ ਕਰਨ ਦੇ ਚੱਕਰ 'ਚ ਇਹਦੇ ਸਿਰ 'ਤੇ ਚਾੜ, ਪਹਿਲਾਂ ਉਹਨੇ ਡਿੱਗ ਗਿਆ ਲੱਗ ਕੇ, ਫਿਰ ਉਹਦੇ ਉੱਪਰ ਚੜ ਗਿਆ ਗੱਡੀ, ਬਸ ਉਹਦੇ ਬੱਸ ਦਾ ਅਗਲਾ ਪਤਾ ਜੋ ਵੀ ਟਾਇਰ ਚੜਿਆ ਇਹਦੇ ਉੱਪਰ ਚੜ ਗਿਆ ਹੈਲਮੈਟ 'ਤੇ, ਆਹ ਦੇਖੋ ਸਿਰ ਖੁੱਲ੍ਹ ਗਿਆ ਬੱਚੇ, ਹੁਣ ਇਹਦੇ ਛੋਟੇ ਛੋਟੇ 3 ਬੱਚੇ ਕੌਣ ਦੇਖੂਗਾ ਜੀ? ਅਗਲਾ ਦਿਹਾੜੀ ਕਰਦਾ ਸੀਗਾ ਬੇਚਾਰਾ ਠੇਕੇਦਾਰ ਦੇ ਥਰੂ POP ਦਾ, ਹੁਣ ਇਹਦੇ ਬੱਚੇ ਤਾਂ ਕੌਣ ਦੇਖੂਗਾ? ਪੂਰੇ ਉਮਰ ਕੌਣ ਕੀ ਕਰੂਗਾ? ਇੰਨੇ ਇੰਨੇ ਬੱਚੇ ਆ, ਮੰਗ ਕੀ ਕਰਦੇ ਆ? ਹੁਣ ਆਉਣ ਬੱਸ ਵਾਲੇ ਗੱਲ ਕਰਨ ਸਰ, ਦੇਖਣ ਕੀ ਅਸੀਂ ਦੇਖਾਂਗੇ, ਉਹ ਤਾਂ ਮੰਗ ਕੀ ਆ, ਅਸੀਂ ਉਹਨੇ ਡਰਾਈਵਰ ਦੇ ਦੇਖਾਂਗੇ ਕੀ ਕਰਨਾ, ਕਾਰਵਾਈ ਕਰਾਵਾਂਗੇ ਜੀ ਚੰਗੀ ਤਰ੍ਹਾਂ, ਜਿੱਦਾਂ ਉਹਨੇ ਕੀਤਾ ਨਾ ਸਾਡੇ ਫੈਮਿਲੀ ਦਾ ਨੁਕਸਾਨ, ਅਸੀਂ ਵੀ ਕਰਾਂਗੇ। ਐਂਬੂਲੈਂਸ ਨਹੀਂ ਆ ਰਹੀ ਜੀ, ਬੱਸ ਵਾਲੇ ਵੀ, ਪੁਲਿਸ ਵਾਲੇ ਨੂੰ ਵੀ ਅਸੀਂ ਕਿੰਨੀ ਵਾਰੀ ਕਿਹਾ ਜੀ, ਉਹ ਵੀ ਨਹੀਂ ਸੁਣ ਰਹੇ, ਅਸੀਂ ਕਿਹਾ ਬੁਲਾਓ, ਆਹ ਦੇਖੋ ਆਹ ਇੱਦਾਂ ਹੋ ਰਿਹਾ ਇੱਥੇ।